ਅੱਜ ਆਪਾਂ ਦੱਸਾਂਗੇ ਤੁਹਾਨੂੰ ਤੁਹਾਡੇ ਏਰੀਏ ਦੇ ਹਿਸਾਬ ਦੇ ਨਾਲ ਕਿ ਤੁਹਾਡੇ ਇਲਾਕੇ ਦੇ ਵਿੱਚ ਪੈਰਿਸ ਫਰਾਂਸ ਦੇ ਵਿੱਚ ਕਿੰਨੇ ਕੇਸ ਨੇ ਕਿੰਨੀਆਂ ਮੌਤਾਂ ਹੋਈਆਂ ਨੇ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਯਾਰਵਿੰਦਰ ਸਿੰਘ ਉਰਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਪੈਰਿਸ ਤੋਂ YouTube ਚੈਨਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਇਲਦੂਫਾਂਸ ਦੇ ਇਲਦੂਫਾਂਸ ਦੇ ਵਿੱਚ 31799 ਕੇਸ ਨੇ ਜੀ ਤੇ 4140 ਮੌਤਾਂ ਹੋ ਚੁੱਕੀਆਂ ਨੇ ਕਿਉਂਕਿ ਜੋ ਵੀ ਅੱਜ ਤੁਹਾਨੂੰ ਮੈਂ ਅੰਕੜਾ ਦੱਸਣਾ ਹੈ ਮੈਨੂੰ 3-4 ਦਿਨ ਹੋ ਗਏ ਅੰਕੜਾ ਇਕੱਠਾ ਕਰਦੇ ਨੂੰ ਕਈ ਵਾਰੀ ਕੋਈ ਵੈਬਸਾਈਟ ਕੁਝ ਦੱਸਦੀ ਹੈ ਕੋਈ ਵੈਬਸਾਈਟ ਕੁਝ ਦੱਸਦੀ ਆ ਅਸਲ ਦੇ ਵਿੱਚ ਸਹੀ ਡਾਟਾ ਮੇਰੇ ਕੋਲ ਵੀ ਨਹੀਂ ਹੈਗਾ ਪਰ ਫਿਰ ਵੀ ਇਹ ਅੰਦਾਜ਼ੇ ਨੇ ਜਿਹੜੇ ਕਿ ਵੱਖ-ਵੱਖ ਵੈਬਸਾਈਟਾਂ ਤੋਂ ਇਕੱਠੇ ਕੀਤੇ ਗਏ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ ਆ ਯਾਨੀ ਕਿ ਜਿਹੜੇ ਕੇਸਾਂ ਦੀ ਗਿਣਤੀ ਆ ਇਹਨਾਂ ਜਿਹੜੇ ਤੁਹਾਨੂੰ ਮੈਂ ਦੱਸਣ ਮੇਰੇ ਦੱਸਣ ਮੁਤਾਬਕ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਤੇ ਮੇਰੇ ਕੋਲ ਜਿਹੜਾ ਡਾਟਾ ਆ ਬਹੁਤ ਥੋੜੇ ਅੰਕੜਿਆਂ ਦਾ ਡਾਟਾ ਆ ਪੈਰਿਸ ਦੇ ਵਿੱਚ ਜਿਹੜਾ ਇਲਦੂ ਫੌਂਸ ਦੇ ਵਿੱਚ ਹੁਣ ਜਿਹੜੇ ਏਰੀਏ ਪੈਂਦੇ ਆ ਮੈਂ ਤੁਹਾਨੂੰ ਉਸ ਹਿਸਾਬ ਨਾਲ ਦੱਸ ਦੂੰਗਾ ਤੇ ਤੁਸੀਂ ਅੰਦਾਜ਼ਾ ਲਾ ਲਿਓ ਆਪਕੋ ਆਪਣੇ ਏਰੀਏ ਦਾ ਪੈਰਿਸ ਦੇ ਵਿੱਚ ਇਹਦਾ ਪੈਰਿਸ ਇੱਕ ਪੈਰਿਸ ਤੋਂ ਲੈ ਕੇ 20 ਪੈਰਿਸ ਤੱਕ ਟੋਟਲ ਜਿਹੜੇ ਕੇਸ ਨੇ ਜੀ 3209 ਲੋਕ ਜਿਹੜੇ ਹਸਪੀਟਲ ਦੇ ਵਿੱਚ ਨੇ ਤੇ 750 ਆਈਸੀਯੂ ਦੇ ਵਿੱਚ ਆ ਤੇ 1054 ਲੋਕਾਂ ਦੀ ਮੌਤ ਹੋ ਚੁੱਕੀ ਆ ਸੈਂਡੇਨੀ ਦੇ ਵਿੱਚ ਜੀ 1574 ਲੋਕ ਹਸਪੀਟਲ ਦੇ ਵਿੱਚ 236 ਆਈਸੀਯੂ ਦੇ ਵਿੱਚ ਤੇ 587 ਜਿਹੜੇ ਲੋਕ ਆ ਜੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਸੰਦਨੀ ਦੇ ਏਰੀਆ ਦੇ ਵਿੱਚ ਵੱਲਦੋ ਮਾਰਨ ਦੇ ਵਿੱਚ ਜੀ 2278 ਹਸਪੀਟਲ ਦੇ ਵਿੱਚ 344 ਆਈਸੀਯੂ ਦੇ ਵਿੱਚ 587 ਮੌਤਾਂ ਉਦ ਹੁਸੈਨ ਦੇ ਵਿੱਚ ਜੀ 1984 ਹਸਪੀਟਲ ਦੇ ਵਿੱਚ 416 ਆਈਸੀਯੂ ਦੇ ਵਿੱਚ 641 ਲੋਕਾਂ ਦੀ ਮੌਤ ਇਵਲੀਨ ਦੇ ਵਿੱਚ ਜੀ 1025 ਹਸਪੀਟਲ ਦੇ ਵਿੱਚ 175 ਆਈਸੀਯੂ ਦੇ ਵਿੱਚ ਤੇ 306 ਲੋਕਾਂ ਦੀ ਮੌਤ ਇਹ ਤੁਹਾਨੂੰ ਮੈਂ ਡਾਟਾ ਦੇ ਰਿਹਾ ਹਸਪੀਟਲਾਂ ਦਾ ਵੀ ਜਿਹੜੇ ਹਸਪੀਟਲਾਂ ਦੇ ਵਿੱਚ ਇੰਨੇ ਮਰੀਜ਼ ਨੇ ਇੰਨੇ ਆਈਸੀਯੂ ਦੇ ਵਿੱਚ ਨੇ ਇੰਨੀਆਂ ਮੌਤਾਂ ਨੇ ਵਲਦੂਅਸੀ ਦੇ ਵਿੱਚ ਜੀ 942 ਹਸਪੀਟਲ ਦੇ ਵਿੱਚ 180 ਆਈਸੀਯੂ ਦੇ ਵਿੱਚ ਤੇ 407 ਮੌਤਾਂ ਇਸੌਨ ਦੇ ਵਿੱਚ ਜੀ 1169 ਕੇਸ 200 ਆਈਸੀਯੂ ਦੇ ਵਿੱਚ ਤੇ 260 ਮੌਤਾਂ ਸਿਨ ਮਾਰਨ ਦੇ ਵਿੱਚ ਜੀ 817 837 ਹਸਪਤਾਲ ਦੇ ਵਿੱਚ 193 ਆਈਸੀਯੂ ਦੇ ਵਿੱਚ 286 ਮੌਤਾ ਹੁਣ ਆਪਾਂ ਗੱਲ ਕਰਦੇ ਆ ਮੇਨ ਮੇਨ ਸ਼ਹਿਰਾਂ ਦੀ ਜਿੱਥੇ ਤੁਹਾਨੂੰ ਸਮਝ ਲੱਗ ਜਾਵੇ ਕਿ ਹਾਂ ਜੀ ਸਾਡੇ ਆਊਟ ਪੈਰਸ ਦੀ ਕਹਿੰਦਾ ਮਤਲਬ ਕਿ ਜਿੱਦਾਂ ਤੁਸੀਂ ਕਿਸੇ ਪਿੰਡ ਦੇ ਵਿੱਚ ਰਹਿੰਦੇ ਹੋ ਆਊਟ ਪੈਰਸ ਦਾ ਤੁਹਾਡੇ ਲਾਗੇ ਵਾਲਾ ਇੱਕ ਮੇਨ ਸ਼ਹਿਰ ਦੱਸ ਦੂੰਗਾ ਮੈਂ ਉਹਦੇ ਉਹਦੇ ਅੰਕੜੇ ਮੁਤਾਬਕ ਤੁਸੀਂ ਆਈਡੀਆ ਲਾ ਲਿਓ ਵੀ ਹਾਂ ਸਾਡੇ ਆਹਾਂ ਕੋਲੇ ਸ਼ਹਿਰ ਲੱਗਦਾ ਆ ਅਸੀਂ ਆਊਟ ਪੈਰਸ ਰਹਿੰਦੇ ਆ ਤੇ ਉਹਦੇ ਮੁਤਾਬਕ ਤੁਸੀਂ ਆਪਣਾ ਅੰਕੜਾ ਸੌਣ ਸਕਦੇ ਹੋ ਜਾਨੀ ਕਿ ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡੇ ਏਰੀਆ ਦੇ ਵਿੱਚ ਇੰਨੇ ਆ ਲਿਲ ਦੇ ਵਿੱਚ ਜਿਹੜੇ ਕੇਸ ਨੇ ਜੀ 8560 ਤੇ 975 ਮੌਤਾ ਸਟਾਰਸਬਰਗ ਦੇ ਵਿੱਚ ਜਿਹੜਾ ਜਰਮਨ ਦੇ ਬਾਰਡਰ ਦੇ ਉੱਪਰ ਪੈਂਦਾ ਆ 2249 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਪਰ ਇਥੋਂ ਦਾ ਪੂਰਾ ਡਾਟਾ ਨਹੀਂ ਹੈਗਾ ਵੀ ਕਿੰਨੇ ਕੇਸ ਹੈਗੇ ਆ ਕਿੰਨੇ ਨਹੀਂ ਹੈਗੇ ਕੇਸ ਸਟਾਸਬਰਗ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਨੇ ਕਿਉਂਕਿ ਇੱਥੋਂ ਜਿਹੜੇ ਮਰੀਜ਼ਾਂ ਹੋ ਜਰਮਨ ਦੇ ਵਿੱਚ ਰੈਫਰ ਕੀਤੇ ਜਾ ਰਹੇ ਆ। অরਲੀਅੰਸ ਦੇ ਵਿੱਚ ਜੀ 3712 ਕੇਸ 245 ਮੌਤਾਂ ਨਾਰਮੰਦੇ ਦੇ ਵਿੱਚ ਜੀ 2961 ਕੇਸ 242 ਮੌਤਾਂ ਨਾਂਟ ਦੇ ਵਿੱਚ 2303 ਕੇਸ ਤੇ 222 ਮੌਤਾਂ ਰੈਨ ਦੇ ਵਿੱਚ 2009 ਕੇਸ 159 ਮੌਤਾਂ ਬੋਰਡੋ ਦੇ ਵਿੱਚ ਜੀ 3505 ਕੇਸ 274 ਮੌਤਾਂ ਟਲੂਸ ਦੇ ਵਿੱਚ ਜੀ 5080 ਕੇਸ ਤੇ 278 ਮੌਤਾਂ ਮਾਰਸਾਈ ਦੇ ਵਿੱਚ ਜੀ 11692 ਕੇਸ ਤੇ 393 ਮੌਤਾਂ ਲਿਯੋਨ ਦੇ ਵਿੱਚ ਜੀ 885 ਮੌਤਾਂ ਤੇ ਡਾਟਾ ਨਹੀਂ ਹੈਗਾ ਵੀ ਕਿੰਨੇ ਕੇਸ ਆ ਕਿੰਨੇ ਨਹੀਂ ਹੈਗੇ ਦੇ ਡਿਜਨ ਦੇ ਵਿੱਚ ਵੀ 581 ਮੌਤਾਂ ਹੋਈਆਂ ਨੇ ਤੇ ਡਾਟਾ ਨਹੀਂ ਹੈਗਾ ਵੀ ਕਿੰਨੇ ਕੇਸ ਨਹੀਂ ਹੈ ਹੈਗੇ ਆ ਜਾਂ ਵੀ ਕਿੰਨੇ ਹੈਗੇ ਕਿੰਨੇ ਨਹੀਂ ਕਿਉਂਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਡਾਟਾ ਹੈ ਹੀ ਨਹੀਂਗਾ ਇੰਟਰਨੈਟ ਦੇ ਉੱਪਰ ਸ਼ੋ ਹੀ ਨਹੀਂ ਹੋ ਰਿਹਾ ਇਸ ਦਾ ਬਹੁਤ ਘਾਟਾ ਵੀ ਡਾਟਾ ਬਹੁਤ ਮੁਸ਼ਕਲ ਦੇ ਨਾਲ ਲੱਭਣਾ ਪੈਂਦਾ ਤੇ ਕਾਫੀ ਵੀਰਾਂ ਦੇ ਮੈਸੇਜ ਵਾਰ-ਵਾਰ ਆ ਰਹੇ ਸੀ ਇਸ ਕਰਕੇ ਮੈਂ ਕਾਫੀ ਦਿਨ ਤੋਂ ਜਿਹੜਾ ਕਿ ਲੱਗਿਆ ਹੋਇਆ ਸੀਗਾ ਇਸ ਚੀਜ਼ ਪਿੱਛੇ ਤੇ ਮੈਂ ਵੀਡੀਓ ਇਸੇ ਕਰਕੇ ਨਹੀਂ ਕਰਨੀ ਚਾਹੁੰਦਾ ਸੀਗਾ ਕਿ ਮੇਰੇ ਕੋਲ ਪ੍ਰੋਪਰ ਜਾਣਕਾਰੀ ਹੋਵੇ ਤੇ ਮੈਂ ਫਿਰ ਹੀ ਵੀਡੀਓ ਕਰਾਂ ਤੇ ਅੱਜ ਮੈਨੂੰ ਲੱਗਿਆ ਵੀ ਚਲੋ ਵੀਡੀਓ ਬਣਾ ਦਈਏ ਜਿੰਨਾ ਕੁ ਡਾਟਾ ਹੈਗਾ ਓਨੇ ਦੀ ਤੇ ਜਦੋਂ ਅਗਲੇ ਅਗਲੀ ਵਾਰੀ ਅਪਡੇਟ ਜ਼ਿਆਦਾ ਹੋਈ ਤੇ ਆਪਾਂ ਤੁਹਾਡੇ ਤੱਕ ਹੋਰ ਅਪਡੇਟ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਤੁਹਾਡੇ ਪੇਰਸਪਰਾਖ ਦੇ ਵਿੱਚ ਯਾਰ ਮਿੱਤਰ ਰਹਿੰਦੇ ਨੇ ਤੁਹਾਡੇ ਏਰੀਏ ਦੇ ਵਿੱਚ ਤੇ ਉਹਨਾਂ ਨੂੰ ਆਪੋ ਆਪਣੇ ਏਰੀਏ ਦਾ ਹਾਲ ਜਿਹੜਾ ਕਿ ਪਤਾ ਲੱਗ ਸਕੇ ਤੇ ਮਿਲਦੇ ਹਾਂ ਸ਼ਾਮੀ ਖਬਰਾਂ ਦੇ ਵਿੱਚ 9 ਵਜੇ ਸასი ਕਾਲ ਦੀ ਆਪਣਾ ਖਿਆਲ ਰੱਖੇ